ਤੁਸੀਂ ਚੱਕ ਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਸ਼ਾਂਤ ਕਿਸ਼ੋਰ ਇੱਕ ਵਾਰ ਮੁੜ ਪੰਜਾਬ ਕਾਂਗਰਸ ਦਾ ਹਿੱਸਾ ਹੋ ਸਕਦੇ ਨੇ 2017 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਂਗਰਸ ਦੀ ਪ੍ਰਸ਼ਾਂਤ ਕਿਸ਼ੋਰ ਦਾ ਬੜਾ ਅਹਿਮ ਯੋਗਦਾਨ ਰਿਹਾ ਪ੍ਰਸ਼ਾਂਤ ਕਿਸ਼ੋਰ ਦੇ ਕੁਝ ਸਲੋਗਨ ਸੀਗੇ ਕੁਝ ਇਹੋ ਜਿਹੇ ਐਕਟੀਵਿਟੀ ਸੀ ਜਿਸਦਾ ਕਰਕੇ ਪੰਜਾਬੀ ਜਿਹੜੇ ਹੈ ਉਹ ਲੁਹਾਵਣੇ ਹੋਏ ਜਿਸ ਦੇ ਵਿੱਚ ਸਭ ਤੋਂ ਵੱਡਾ ਨਾਰਾ ਸੀਗਾ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਕੈਪਟਨ ਵਿਦ ਕੌਫੀ ਅਜਿਹੇ ਸਲੋਗਨ ਜਿਹੜੇ ਹੈ ਉਹ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਦਿੱਤੇ ਗਏ ਸੀਗੇ ਤੇ ਇੱਕ ਵਾਰ ਮੁੜ ਪੰਜਾਬ ਕਾਂਗਰਸ ਦਾ ਹਿੱਸਾ ਬਣ ਸਕਦੇ ਨੇ ਪ੍ਰਸ਼ਾਂਤ ਕਿਸ਼ੋਰ ਇਹ ਅਸੀਂ ਦਾਅਵਾ ਨਹੀਂ ਕਰ ਰਹੇ ਇੱਕ ਵੀਡੀਓ ਸਾਹਮਣੇ ਆਇਆ ਹੈ ਦਰਅਸਲ ਮੀਟਿੰਗ ਦਾ ਇਹ ਵੀਡੀਓ ਹੈ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਮੌਜੂਦ ਨੇ ਹਰੀਸ਼ ਚੌਧਰੀ ਮੌਜੂਦ ਨੇ ਤੇ ਹਰੀਸ਼ ਚੌਧਰੀ ਦੇ ਨਾਲ ਨਾਲ ਚਰਨਜੀਤ ਚੰਨੀ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਕਈ ਲੀਡਰਾਂ ਦੀ ਇਹ ਮੀਟਿੰਗ ਹੈ ਕਾਂਗਰਸ ਦੇ ਜਿਸ ਦੇ ਵਿੱਚ ਚਰਨਜੀਤ ਚੰਨੀ ਬਕਾਇਦਾ ਜ਼ਿਕਰ ਕਰ ਰਹੇ ਨੇ ਕਿ ਹਰੀਸ਼ ਚੌਧਰੀ ਜੀ ਨੇ ਵੀ ਕਿਹਾ ਵਾ ਤੇ ਬਾਕੀ ਸਾਰੇ ਲੀਡਰਾਂ ਦਾ ਕੀ ਇਸ ਦੇ ਉੱਤੇ ਰਿਐਕਸ਼ਨ ਹੈ ਉਹ ਸਾਰੇ ਇਸ ਦੇ ਉੱਤੇ ਰਿਐਕਸ਼ਨ ਆਪਣਾ ਦੇਣ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਮੁੜ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਵੱਲ ਕੀਤਾ ਜਾ ਸਕਦਾ ਯਾਨੀ ਕਾਂਗਰਸ ਵੱਲ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸ ਦਿੰਦੇ ਹਾਂ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਈ ਹੈ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਹੁਣ ਜਿਹੜੇ ਪੰਜਾਬ ਦੀਆਂ ਸਿਆਸੀ ਸਮੀਕਰਨ ਨੇ ਉਸ ਦੀਆਂ ਗਿਣਤੀਆਂ ਮਿੰਤੀਆਂ ਤਬਾਹ ਹੋਣੀਆਂ ਸ਼ੁਰੂ ਹੋ ਗਈਆਂ ਨੇ ਜੇਕਰ ਵੋਟ ਸ਼ੇਅਰ ਦੀ ਗੱਲ ਕੀਤੀ ਜਾਵੇ 6 ਤੋਂ 7% ਜੇਕਰ ਵੋਟ ਕਿਸੇ ਵੀ ਪਾਰਟੀ ਨੂੰ ਜਾਂਦੇ ਨੇ 6 ਤੋਂ 7% ਵੋਟ ਜਿਹੜੇ ਨੇ ਉਹੀ ਮੇਨ ਨਿਰਣਾਇਕ ਜਿਹੜੇ ਉਹ ਸਾਬਿਤ ਹੋ ਸਕਦੇ ਨੇ ਪਿਛਲੀ ਵਾਰ ਦੀਆਂ ਵੀ ਜੇਕਰ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਨੂੰ 30% ਵੋਟ ਪਏ ਸੀ ਜਦਕਿ 38% ਵੋਟ ਦੇ ਨਾਲ ਕਾਂਗਰਸ ਸੱਤਾ ਦੇ ਵਿੱਚ ਆ ਗਈ ਸੀ ਸਿਰਫ 8% ਵੋਟ ਸ਼ੇਅਰ ਜਿਹੜਾ ਉਹ ਕਾਂਗਰਸ ਨਾਲੋਂ ਅਕਾਲੀ ਦਲ ਦਾ ਘੱਟ ਸੀਗਾ ਤੇ ਜੇਕਰ ਇਸ ਵਾਰ ਦੀ ਗੱਲ ਕੀਤੀ ਜਾਵੇ ਜਦੋਂ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾ ਰਹੇ ਨੇ ਤਾਂ ਨਵੀਂ ਪਾਰਟੀ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਪਰਫਾਰਮ ਕਰਦੀ ਹੈ ਤੇ ਪੰਜਾਬ ਦੇ ਵਿੱਚ ਵੱਡਾ ਖੋਰਾ ਲਾ ਦਿੰਦੀ ਹੈ ਤਾਂ ਉਸ ਵਿੱਚ ਕਾਂਗਰਸ ਨੂੰ ਹੱਥਾਂ ਪੈਰਾਂ ਦੀ ਪੈ ਸਕਦੀ ਹੈ ਕਾਂਗਰਸ ਹੱਥੋਂ ਸੱਤਾ ਜਾ ਸਕਦੀ ਹੈ ਕਾਂਗਰਸ ਜਿਹੜੀ ਹੈ ਉਹ ਓਵਰ ਕੌਨਫੀਡੈਂਸ ਜਾਂ ਫਿਰ ਕਿਸੇ ਵੀ ਹਾਲ ਦੇ ਵਿੱਚ 2022 ਨੂੰ ਮਿਸ ਨਹੀਂ ਕਰਨਾ ਚਾਹੁੰਦੀ 2022 ਦੇ ਵਿੱਚ ਚੰਨੀ ਸਰਕਾਰ ਮੁੜ ਚਾਹੁੰਦੀ ਹੈ ਕਿ ਸੱਤਾ ਦੇ ਵਿੱਚ ਆਵੇ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਵੇ ਸੋ ਇੱਕ ਵਾਰ ਫਿਰ ਪ੍ਰਸ਼ਾਂਤ ਕਿਸ਼ੋਰ ਦਾ ਜ਼ਿਕਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਹੋਣਾ ਸ਼ੁਰੂ ਹੋ ਗਿਆ ਪ੍ਰੋਫੈਸ਼ਨਲੀ ਤੌਰ ਦੇ ਉੱਤੇ ਕਾਂਗਰਸ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰਕੇ ਅਤੇ ਕੰਪੇਨ ਦਾ ਹਿੱਸਾ ਜਿਹੜਾ ਹੈ ਉਹ ਪ੍ਰਸ਼ਾਂਤ ਕਿਸ਼ੋਰ ਨੂੰ ਬਣਾਇਆ ਜਾ ਸਕਦਾ ਹੈ ਪੋਲੀਟੀਕਲ ਐਡਵਾਈਜ਼ਰ ਦੇ ਤੌਰ ਦੇ ਉੱਤੇ ਪ੍ਰਸ਼ਾਂਤ ਕਿਸ਼ੋਰ ਜਿਹੜੇ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਰਹੇ ਸੀਗੇ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡੀ ਪ੍ਰਸ਼ਾਂਤ ਕਿਸ਼ੋਰ ਦਾ ਇੱਕ ਬਿਆਨ ਭਾਜਪਾ ਪੱਖੀ ਵੀ ਬੀਤੇ ਦਿਨੀ ਆਇਆ ਸੀਗਾ ਪਰ ਪ੍ਰਸ਼ਾਂਤ ਕਿਸ਼ੋਰ ਇੱਕ ਅਜਿਹੇ ਸ਼ਖਸ ਨੇ ਜੋ ਪੈਸਿਆਂ ਦੇ ਲਈ ਕੰਮ ਕਰਦੇ ਨੇ ਅਤੇ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਹੈਗੇ ਇਸ ਲਈ ਪੰਜਾਬ ਕਾਂਗਰਸ ਹੋ ਸਕਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੀ ਕੰਪਨੀ ਨੂੰ ਮੁੜ ਹਾਇਰ ਕਰੇ 2017 ਤੋਂ ਬਾਅਦ 2022 ਦੇ ਵਿੱਚ ਵੀ ਜੇਕਰ ਸੱਤਾ ਦੇ ਵਿੱਚ ਆਉਣਾ ਹੈ ਤਾਂ ਪ੍ਰਸ਼ਾਂਤ ਕਿਸ਼ੋਰ ਦਾ ਸਹਾਰਾ ਲੈਣਾ ਲਾਜ਼ਮੀ ਹੋਵੇਗਾ ਕਾਂਗਰਸ ਨੂੰ ਇਹ ਕਾਂਗਰਸ ਨੂੰ ਹੁਣ ਜਾਪਣ ਲੱਗ ਪਿਆ ਜਿਸ ਤਰੀਕੇ ਦਾ ਵੀਡੀਓ ਸਾਹਮਣੇ ਆਇਆ ਤੁਸੀਂ ਵੀਡੀਓ ਦੀ ਵੀ ਇੱਕ ਝਲਕ ਦੇਖੋ ਮੈਨੂੰ ਹਰੀਸ਼ ਚੌਧਰੀ ਜੀ ਨੇ ਕਿਹਾ ਕਿ ਆਪਾਂ ਪ੍ਰਸ਼ਾਂਤ ਕਿਸ਼ੋਰ ਨੂੰ ਇਨੀਸ਼ ਕਰ ਲਈਏ चमत्कार हुंदे ने देखो अपनियां अखां सामने 3 घंटे च हर परेशानी दा हल पाओ सत इलमां दे माहिर दिवानशु जोशी मेरे किते नूं कोई कट नहीं सकदा कट्टन वाले नूं मूंह मंगिया इनाम परेशानी जिवें मनचाहा प्यार पति पत्नी चनबण काले जादू दा खात्मा बीमारी दवा ना लगना वशीकरण करवाओ ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ 7082844950